ਸਤਿ ਸ਼੍ਰੀ ਅਕਾਲ, ਸਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਅਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ। ਗੱਲ ਕਰਾਂਗੇ ਕਿਸਾਨਾਂ ਦੀ। ਕਿਸਾਨਾਂ ਦੇ ਵੱਲੋਂ ਹੁਣ ਇੱਕ ਹੋਰ ਵੱਡੀ ਵੀਡੀਓ ਸਾਹਮਣੇ ਲਿਆਂਦੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਲੋਕ ਨਾ ਜਾਗੇ ਤਾਂ ਹੁਣ ਸਰਹੱਦਾਂ ਤਾਂ ਦੂਰ, ਹਰਿਆਣਾ ਅਤੇ ਦਿੱਲੀ ਤਾਂ ਦੂਰ, ਤੁਸੀਂ ਪਿੰਡ ਤੋਂ ਪਿੰਡ ਤੱਕ ਨਹੀਂ ਜਾ ਸਕਣਗੇ ਅਤੇ ਕਿੱਲਾਂ ਵਾਲੇ ਬੈਰੀਕੇਡ ਲੱਗਣਗੇ। ਕਿਸਾਨਾਂ ਦੇ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਸਾਂਝੀ ਕੀਤੀ ਗਈ ਹੈ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਇੱਕੋ ਸਰਕਾਰਾਂ ਨੇ ਅਤੇ ਦੋਨਾਂ ਦਾ ਜਿਹੜਾ ਮਨਸੂਬਾ ਉਹ ਇੱਕੋ ਹੈ, ਕਿਸਾਨਾਂ ਨੂੰ ਰੋਕਣਾ, ਕਿਸਾਨ ਵਿਰੋਧੀ। ਅਤੇ ਕਿਸਾਨਾਂ ਦੇ ਵੱਲੋਂ ਸਾਫ਼ ਤੌਰ 'ਤੇ ਕਿਹਾ ਗਿਆ ਕਿ ਜੇ ਕਿਸਾਨ ਅੱਜ ਨਾ ਜਾਗੇ ਤਾਂ ਫਿਰ ਆਉਣ ਵਾਲਾ ਸਮਾਂ ਬਹੁਤ ਹੀ ਖਤਰਨਾਕ ਹੋਵੇਗਾ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਹੀ ਨਹੀਂ ਸਗੋਂ ਸੂਬੇ ਦੇ ਹਰ ਇੱਕ ਵਿਅਕਤੀ ਨੂੰ ਜਾਗਣ ਦੀ ਲੋੜ ਹੈ, ਵਿਰੋਧ ਕਰਨ ਦੀ ਲੋੜ ਹੈ ਤਾਂ ਕਿ ਜਿਹੜੇ ਆਪਣੇ ਹੱਕ ਨੇ ਉਹਨਾਂ ਨੂੰ ਬਚਾਇਆ ਜਾ ਸਕੇ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਆਪਣੇ ਹੱਕਾਂ ਨੂੰ ਜਾਰੀ ਰੱਖਣਾ, ਆਪਣੇ ਆਪ ਨੂੰ ਜਾਗਰੂਕ ਰੱਖਣਾ ਤਾਂ ਵਿਰੋਧ ਕਰਨਾ ਪਵੇਗਾ। ਜੇ ਵਿਰੋਧ ਨਾ ਕੀਤਾ ਤਾਂ ਫਿਰ ਤੁਸੀਂ ਹਰਿਆਣਾ ਦਿੱਲੀ ਤਾਂ ਦੂਰ, ਤੁਸੀਂ ਪਿੰਡ ਤੋਂ ਪਿੰਡ ਤੱਕ ਨਹੀਂ ਜਾ ਸਕਣਗੇ। ਤੁਹਾਡੀ ਆਵਾਜ਼ ਨੂੰ ਦਬਾਇਆ ਜਾਵੇਗਾ, ਤੁਹਾਡੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਜਾਵੇਗਾ। ਹੋਰ ਕੀ ਕੁਝ ਕਹਿਣਾ ਹੈ ਕਿਸਾਨਾਂ ਦਾ, ਉਹ ਵੀ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਹਾਂ। ਦੇਖਾ ਬਣਵਾਇਆ ਹੈ ਇਹਨਾਂ ਨਾਲ, ਇਹ ਤੁਹਾਡੀਆਂ ਸੜਕਾਂ ਤੇ ਤੁਹਾਡੇ ਘਰੇ ਤੁਹਾਡੇ ਘਰਾਂ ਚਾਹ ਲਾਉਣਗੇ ਬਾਈ। ਇਹ ਲੋਕਾਂ, ਤੁਸੀਂ ਘਰਾਂ ਚੋਂ ਨਾ ਨਿਕਲੇ, ਤੁਸੀਂ ਦਿੱਲੀ ਦੀਆਂ ਗੱਲਾਂ ਛੱਡੋ, ਹਰਿਆਣੇ ਦੀ ਗੱਲ ਛੱਡੋ, ਆਹ ਲੱਗਣਗੇ ਆਹ ਪਿੰਡਾਂ ਚ ਪਿੰਡਾਂ ਦੀਆਂ ਸੜਕਾਂ ਤੇ ਲਾਉਣ ਵਾਸਤੇ, ਰੋੜ ਕੇ ਤੁਹਾਡੇ ਅੱਗੇ ਕਰਨ ਵਾਸਤੇ ਲਿਆਂਦਾ ਹੋਇਆ ਹਾ। ਇਹ ਭਗਵੰਤ ਮਾਨ ਦੀ ਸਰਕਾਰ, ਇੱਥੇ ਦੀ ਪੰਜਾਬ ਪੁਲਿਸ, ਇਹ ਖੰਨੇ ਹੋਰਾਂ ਕਰਕੇ ਬਣਾਏ ਨੇ ਬਾਈ। ਨਿਕਲਣਾ ਪਊਗਾ ਘਰਾਂ ਚੋਂ ਵੱਡੇ ਪੱਧਰ ਤੇ, ਕੱਲੇ ਕੱਲੇ ਬੰਦੇ ਨੂੰ ਵੱਡੇ ਪੱਧਰ ਤੇ ਵਿਰੋਧ ਕਰਨਾ ਪਊਗਾ। ਲੋਕਾਂ ਤੁਹਾਡੇ ਵਾਸਤੇ ਪਿੰਡਾਂ ਚ ਰੋੜ ਕੇ ਤੁਹਾਡੇ ਮੂਹਰੇ ਕਰਨ ਵਾਸਤੇ ਲਿਆਂਦੇ ਪੰਜਾਬ ਪੁਲਿਸ। ਆਹ ਗੱਡੀ ਸਾਡੇ ਕੋਲ ਦੀ ਲੰਘੀ ਜਾਂਦੀ, ਅੱਜ ਖੰਨੇ ਦਾ ਵਿਰੋਧ ਕਰਿਆ, ਅੱਜ ਬਣਵਾ ਕੇ ਲੈ ਗਏ ਨੇ, ਹੁਣੀ ਤਾਜ਼ਾ ਆ ਗਿਆ ਪੱਤਾ ਪਿਆ ਹਜੇ। ਇਹ ਪ੍ਰਧਾਨ ਜੀ ਸੈਂਟਰ ਦੀ ਸਰਕਾਰ ਦੀ ਚਾਹ, ਸੈਂਟਰ ਦੀ ਸਰਕਾਰ ਦੀ ਨਹੀਂ ਕੋਈ, ਇਹ ਪੰਜਾਬ ਸਰਕਾਰ ਆ। ਚੋਣ ਕਮਿਸ਼ਨਰ ਦੇ ਕਹਿਣ ਤੇ ਜੋ ਗੱਲਾਂ ਕਰਨ ਦੇ, ਸਾਡਾ ਡੈਮੋਕਰੇਟ ਤੁਹਾਨੂੰ ਡੈਮੋਕਰੇਟ ਤਰੀਕਾ ਜਿਹੜਾ ਕਾਨੂੰਨ ਆਤਾ ਨੀ ਬਾਈ, ਕਹਿੰਦਾ ਇਹ ਉਸੇ ਰਾਹ ਤੇ ਚੱਲ ਰਹੇ ਨੇ, ਮਤਲਬ ਕਿ ਜਿਹੜੀ ਸੈਂਟਰ ਦੀ ਸਰਕਾਰ ਦੇ ਰਾਹ ਤੇ ਨੀ ਬਾਈ ਹੈਗੇ, ਰਾਹ ਤੇ ਕੌਣ ਕਹਿੰਦਾ, ਉਹੀ ਹੈ ਤੁਹਾਡਾ ਭੁਲੇਖਾ ਹੋ ਸਕਦਾ, ਉਹੀ ਹੈ ਉਹਨੇ ਰੋਡ ਨਾਲੇ ਨੀ ਬਣਾਏ, ਇਹਨਾਂ ਨੇ ਰੋਡ ਨਾਲੇ ਬਣਾਏ।